ਲੋਕ ਸਭਾ ਦੇ ਵਿੱਚੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਕੱਟੇ ਜਾਣ ਤੋਂ ਬਾਅਦ ਸਮੁੱਚੀ ਕਾਂਗਰਸ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਕਾਂਗਰਸ ਦੇ ਵਿੱਚ ਇੱਕ ਸੰਵਿਧਾਨ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਪਿਛਲੇ ਦਿਨੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਤੋਂ ਕੀਤੀ ਗਈ ਸੀ ਅਤੇ ਇਸ ਮੁਹਿੰਮ ਦੇ ਤਹਿਤ ਵੱਖ ਵੱਖ ਥਾਵਾਂ ਦੇ ਉੱਤੇ ਕਾਂਗਰਸੀ ਆਗੂਆਂ ਦੇ ਵੱਲੋਂ ਮੀਟਿੰਗਾਂ ਕਰਕੇ ਅਤੇ ਰੋਸ ਮਾਰਚ ਕੱਢ ਕੇ ਸਰਕਾਰ ਪ੍ਰਤੀ ਆਪਣਾ ਰੋਸ ਜਤਾਇਆ ਜਾ ਰਿਹਾ ਹੈ। ਇਸ ਮੁਹਿੰਮ ਦੇ ਚੱਲਦਿਆਂ ਹੀ ਹੁਣ ਸੁਲਤਾਨਪੁਰ ਲੋਧੀ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਨਵਤੇਜ ਸਿੰਘ ਦੇ ਵੱਲੋਂ ਆਪਣੇ ਗ੍ਰਹਿ ਸੁਲਤਾਨਪੁਰ ਲੋਧੀ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਤੇਜ ਸਿੰਘ ਨੇ ਕਿਹਾ ਕਿ ਸੱਤਾਧਾਰੀ ਕੇਂਦਰ ਸਰਕਾਰ ਕਾਂਗਰਸ ਦੇ ਹੱਕਾਂ ਨੂੰ ਦਬਾ ਕੇ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਲੋਕਤੰਤਰ ਦੇ ਥੰਮਾਂ ਦੀ ਆਜ਼ਾਦੀ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈ। ਅੱਜ ਜਿਹੜੀ ਪ੍ਰੈਸ ਕਾਨਫਰੰਸ, ਅੱਜ ਬੜੀ ਜ਼ਿਆਦਾ ਵੱਡੀ ਲੋੜ ਆ ਵੀ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਨੂੰ ਜਿਹੜਾ ਖਤਰਾ ਹੋ ਗਿਆ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੇ ਕਿ ਸਾਰੀਆਂ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਆ ਉਹਨਾਂ ਨੇ ਇਹ ਸੋਚ ਲਿਆ ਵੀ ਅੱਜ ਜੇ ਇਕੱਠੇ ਨਾ ਹੋਏ, ਅੱਜ ਜੇ ਸੰਵਿਧਾਨ ਨਾ ਬਚਾਇਆ ਤਾਂ ਫਿਰ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਨਹੀਂ ਬਚੂਗਾ। ਜੋ ਰਾਹੁਲ ਗਾਂਧੀ ਜੀ ਨੇ ਹੋਇਆ, ਉਹਨਾਂ ਨੇ ਆਵਾਜ਼ ਹੀ ਚੱਕੀ ਨਾ, ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਦੀ ਇਹੋ ਜਿਹਾ ਫੈਸਲਾ ਨਹੀਂ ਹੋਇਆ ਵੀ ਜਿਹੜੀ ਸਪੀਚ ਦੇ ਉੱਤੇ ਤੁਸੀਂ 2 ਸਾਲ ਦੀ ਸਜ਼ਾ ਕਰ ਦਿਓ, ਸਜ਼ਾ ਕਰਕੇ 24 ਘੰਟੇ ਦੇ ਵਿੱਚ ਵਿੱਚ ਤੁਸੀਂ ਉਹਨਾਂ ਦੀ ਸੰਸਦ ਮੈਂਬਰੀ ਤੋਂ ਵੀ ਅਯੋਗ ਕਰਾਰ ਦੇ ਦਿਓ। ਇਹ ਆਵਾਜ਼ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਦੇ ਲਈ ਇਹ ਲੋੜ ਆ ਬੜੀ, ਅੱਜ ਇਕੱਲੇ ਇਕੱਲੇ ਪਿੰਡ, ਗਲੀ ਮੁਹੱਲੇ, ਸ਼ਹਿਰ ਤੱਕ ਆਵਾਜ਼ ਪਹੁੰਚਾਈ ਜਾਵੇ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਸੀ ਉਹਨੂੰ ਅੱਜ ਜੇ ਖਤਰਾ ਤਾਂ ਸਭ ਤੋਂ ਵੱਡਾ ਇਹ ਸਰਕਾਰ BJP ਦੀ ਸਰਕਾਰ ਤੋਂ ਖਤਰਾ ਆ। ਅਤੇ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਆਵਾਜ਼ ਉੱਪਰ ਤੱਕ ਜਾਣੀ ਚਾਹੀਦੀ ਆ। ਔਰ ਪਹਿਲੀ ਵਾਰੀ ਹੋਇਆ ਵੀ ਜਿਹੜੀ ਸਰਕਾਰ ਆ ਉਹਨੇ ਪਾਰਲੀਮੈਂਟ ਬੰਦ ਕਰਾ, ਪਾਰਲੀਮੈਂਟ ਦਾ ਵਾਕਆਊਟ ਕਰ ਗਈ ਹੋਵੇ। ਤੋ ਇਹ ਹਿੰਦੁਸਤਾਨ ਦੇ ਵਿੱਚ ਇਹ ਗੱਲ ਚੱਲ ਵੀ ਪਈ ਆ ਔਰ ਬੜਾ ਲੋਕਾਂ ਨੇ ਇਸ ਚੀਜ਼ ਦਾ ਰੋਸ ਜਤਾਇਆ ਔਰ ਪੂਰੇ ਵਰਲਡ ਲੈਵਲ 'ਤੇ ਜਿਹੜਾ ਕਈਆਂ ਦੇਸ਼ਾਂ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ। ਉਹਦੇ ਲਈ ਇਹ ਪ੍ਰੈਸ ਕਾਨਫਰੰਸ ਆ ਔਰ ਇਸ ਚੀਜ਼ ਨੂੰ ਅਸੀਂ ਸਾਰੇ ਥਾਂ ਲੈ ਕੇ ਜਾਵਾਂਗੇ ਜਿਹੜੀ ਆਵਾਜ਼ ਉਠਾਈ ਆ, ਔਰ ਲੋਕਾਂ ਨੂੰ ਇਸ ਚੀਜ਼ ਲਈ ਜਿਹੜੀ ਜਾਗਰੂਕ ਕਰਕੇ ਇੱਕ ਮੰਚ 'ਤੇ ਲੈ ਕੇ ਆਵਾਂਗੇ। ਨਵਜੋਤ ਸਿੰਘ ਸਿੱਧੂ ਤੁਹਾਡੇ ਸਾਥੀ ਨੇ ਕੀ ਅਗਲਾ ਪਲਾਨ, ਐਕਸ਼ਨ ਪਲਾਨ ਬਣਾਇਆ? ਦੇਖੋ ਸਿੱਧੂ ਸਾਹਿਬ ਵੀ 1 ਸਾਲ ਦੀ ਸਜ਼ਾ ਕੱਟ ਕੇ ਆਪਣੀ ਬਾਹਰ ਆਏ ਆ 323 ਦੇ ਵਿੱਚ, ਉਹ ਵੀ ਪਹਿਲੀ ਵਾਰੀ ਕਿਸੇ ਨੂੰ ਸਜ਼ਾ ਇੰਨੀ ਹੋਈ 1 ਸਾਲ ਦੀ। ਤੋ ਬੜੀ ਕਾਨੂੰਨ ਦੀਆਂ ਪਾਲਣ ਕਰਕੇ ਉਹ ਪੂਰੀ ਸਜ਼ਾ ਆਪਣੀ ਠੀਕ ਵਧੀਆ ਤਰੀਕੇ ਨਾਲ ਕੱਟ ਕੇ ਡਿਸਿਪਲਨ ਦੇ ਵਿੱਚ ਬਾਹਰ ਆਏ ਆ। ਉੱਦਣ ਵੀ ਦੇਖੋ ਕਿੰਨਾ ਲੋਕ ਇਕੱਠੇ ਹੋਏ ਸਾਰੇ ਪੰਜਾਬ 'ਚੋਂ ਔਰ 12 ਵਜੇ ਦਾ ਕਹਿ ਕੇ 6 ਵਜੇ ਛੱਡਿਆ ਗਿਆ। ਹੁਣ ਉਹਨਾਂ ਦਾ ਅਗਲਾ ਪਲਾਨ ਇਹ ਆ ਵੀ ਇੱਕ ਤਾਂ ਉਹ ਆਰਾਮ ਕਰ ਰਹੇ ਆ, ਉਹਨਾਂ ਨੂੰ ਥੋੜ੍ਹਾ ਜਿਹਾ ਬੁਖਾਰ ਸੀ ਅਤੇ ਵਾਈਫ ਵੀ ਠੀਕ ਨਹੀਂ ਸੀ ਉਹਨਾਂ ਦੇ। ਹੁਣ ਸ਼ਨੀਵਾਰ ਨੂੰ ਉਹ ਇੱਥੇ ਸਾਡੇ ਮਰਹੂਮ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਜੀ ਦੇ ਘਰ ਅਫਸੋਸ ਕਰਨ ਆਉਣਗੇ। ਉਸ ਤੋਂ ਬਾਅਦ 3-3:30 ਵਜੇ ਉਹ ਅੰਮ੍ਰਿਤਸਰ ਆਪਣੇ ਘਰ ਦੇ ਵਿੱਚ ਜਾਣਗੇ ਅਤੇ ਲੋਕ ਉਹਨਾਂ ਦਾ ਉੱਥੇ ਸਵਾਗਤ ਕਰਨਗੇ। ਜਲੰਧਰ ਦੀ ਚੋਣਾਂ ਤੋਂ ਪਹਿਲਾਂ ਸਾਬਕਾ ਵਿਧਾਇਕ ਆਮ ਆਦਮੀ ਪਾਰਟੀ 'ਚ ਮੂਵ ਹੋਣ ਕਿਸ ਤਰ੍ਹਾਂ? ਇਹ ਦੇਖੋ ਇਹਦੇ 'ਚ ਪਰਸਨਲ ਹੈਗਾ, ਉਹਨਾਂ ਦਾ ਕੋਈ ਆਪਣਾ ਸੋਚ ਆ ਉਹਦੇ ਵਿੱਚ, ਕੋਈ ਕੀ ਕਹਿ ਸਕਦਾ, ਇਹ ਤਾਂ ਪਰਸਨਲ ਸੋਚ ਆ ਉਹਨਾਂ ਦੀ। ਪਾਰਟੀ ਨੂੰ ਨੁਕਸਾਨ ਹੋਊਗਾ, ਫਾਇਦਾ ਹੋਊਗਾ ਕਾਂਗਰਸ? ਦੇਖੋ ਪਾਰਟੀ ਨੂੰ ਤਾਂ ਕੋਈ ਵਰਕਰ, ਜਿਹੜਾ ਇੱਕ ਵਰਕਰ ਵੀ ਥੱਲੇ ਵਾਲਾ ਜਾਂਦਾ ਆ ਉਹਦਾ ਨੁਕਸਾਨ ਹੀ ਹੁੰਦਾ। ਔਰ ਸਾਰਿਆਂ ਨੂੰ ਇਹ ਬੇਨਤੀ ਆ ਵੀ ਇਕੱਠੇ ਹੋ ਕੇ ਜੁੜ ਕੇ ਰਹੀਏ ਅਤੇ ਜਿਹੜਾ ਪਾਰਟੀ ਤਗੜੀ ਕਰੀਏ। ਲਾਈਵ ਤੇ ਇਸ ਚੈਨਲ ਦੇ ਲਈ ਸੁਲਤਾਨਪੁਰ ਲੋਧੀ ਤੋਂ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ।